ਵਾਲਿਆਂ ਦੇ ਠੋਕੇ। ਜੈ ਭੀਮ ਜੈ ਭੀਮ ਜੈ ਭੀਮ ਜੈ ਭੀਮ ਪੈਰਾਂ ਦਿਆਂ ਦੇ ਠੋਕੇ ਪੈਰਾਂ ਦਿਆਂ ਦੇ ਠੋਕੇ। ਜੈ ਭੀਮ ਜੈ ਭੀਮ ਬਾਬਾ ਸਾਹਿਬ ਡਾਕਟਰ ਭੀਮ ਰਾਵ ਅੰਬੇਡਕਰ ਅਮਰ ਰਹੇ। ਬਾਬਾ ਸਾਹਿਬ ਡਾਕਟਰ ਭੀਮ ਰਾਵ ਅੰਬੇਡਕਰ ਅਮਰ ਰਹੇ। ਬਾਬਾ ਸਾਹਿਬ ਡਾਕਟਰ ਭੀਮ ਰਾਵ ਅੰਬੇਡਕਰ ਅਮਰ ਰਹੇ। ਬਾਬਾ ਸਾਹਿਬ ਤੇਰਾ ਸੁਪਨਾ ਅਧੂਰਾ ਕਰਨਗੇ ਪੂਰਾ। ਬਾਬਾ ਸਾਹਿਬ ਤੇਰਾ ਸੁਪਨਾ ਅਧੂਰਾ। ਸਤਿਕਾਰਯੋਗ ਸਾਥੀਓ, ਜੈ ਭੀਮ ਜੈ ਭਾਰਤ। ਸਾਡੇ ਬਹੁਜਨ ਸਮਾਜ ਦੇ ਸਾਥੀਆਂ ਨੂੰ ਅੱਜ ਉਹ ਦਿਨ ਦੇਖਣ ਨੂੰ ਮਿਲ ਰਿਹਾ ਹੈ ਜਿਹੜੇ ਦਿਨ ਬਾਬਾ ਸਾਹਿਬ ਡਾਕਟਰ ਭੀਮ ਰਾਵ ਅੰਬੇਡਕਰ ਜੀ ਨੇ ਉਹਨਾਂ ਅੰਗਰੇਜ਼ਾਂ ਤੋਂ ਇੱਥੇ ਕਿਸੇ ਪਾਰਟੀ ਨੇ ਜੇ ਕੋਈ ਕਹੇ ਭਾਜਪਾ ਜਾਂ ਕਾਂਗਰਸ ਜਾਂ ਹੋਰ ਕਿਸੇ ਆਰ ਐਸ ਵਗੈਰਾ ਨੇ ਸਾਨੂੰ ਇਹ ਅਧਿਕਾਰ ਦਿੱਤੇ ਨਹੀਂ ਕਿਸੇ ਨੇ ਦਿੱਤੇ। ਜੇਕਰ ਦਿੱਤੇ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਵ ਅੰਬੇਡਕਰ ਜੀ ਉਹਨਾਂ ਅੰਗਰੇਜ਼ਾਂ ਤੋਂ ਇਹ ਅਧਿਕਾਰ ਲੈ ਕੇ ਆਇਆ ਸੀ। ਅੱਜ ਹਰ ਇੱਕ ਪਾਰਟੀ ਮੂੰਹ ਚੱਕ ਕੇ ਕਹਿ ਦਿੰਦੀ ਆ ਵੀ ਅਸੀਂ ਅਧਿਕਾਰ ਦਿੱਤੇ ਨੇ। ਇਸ ਕਰਕੇ ਬਾਬਾ ਸਾਹਿਬ ਡਾਕਟਰ ਭੀਮ ਰਾਵ ਅੰਬੇਡਕਰ ਜੀ ਦਾ 40 ਸਾਲ ਦਾ ਉਹ ਸੰਘਰਸ਼ ਜਿਹਦੇ ਸਦਕਾ ਅੱਜ ਅਸੀਂ ਆਨੰਦ ਮਾਣ ਰਹੇ ਹਾਂ, ਉਹ ਨਰਕ ਚੋਂ ਬਾਬਾ ਸਾਹਿਬ ਨੇ ਕੱਢ ਕੇ ਸਾਨੂੰ ਸੁਰਗ ਦੇ ਵਿੱਚ ਬਿਠਾਇਆ। ਅੱਜ ਸਾਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਵ ਅੰਬੇਡਕਰ ਜੀ ਦਾ ਉਹ ਸੁਪਨਾ ਪੂਰਾ ਕਰ ਲੈਣਾ ਚਾਹੀਦਾ ਗਾ। ਹਾਂ, ਇੱਕ ਗੱਲ ਜ਼ਰੂਰ ਆ, ਸਾਨੂੰ ਆਪਣੇ ਸਮਾਜ ਨੂੰ ਬੜੇ ਵਧੀਆ ਢੰਗ ਨਾਲ ਸਮਝਾ ਕੇ ਬੁਝਾ ਕੇ ਅੱਜ ਇਸ ਰਸਤੇ 'ਤੇ ਤੋਰਨਾ ਚਾਹੀਦਾ ਔਰ ਆਪਣੇ ਰਹਿਬਰਾਂ ਦੀ, ਆਪਣੇ ਗੁਰੂਆਂ ਦੀ, ਗੁਰੂ ਵਾਲਮੀਕ ਤੋਂ ਲੈ ਕੇ ਤਥਾਗਤ ਬੁੱਧ ਔਰ ਗੁਰੂ ਰਵਿਦਾਸ ਜੀ, ਬਾਬਾ ਸਾਹਿਬ ਡਾਕਟਰ ਭੀਮ ਰਾਵ ਅੰਬੇਡਕਰ ਜੀ ਦੇ ਉਹ ਸੁਪਨੇ ਪੂਰੇ ਕਰਨੇ ਚਾਹੀਦੇ ਨੇ ਜੋ ਇਹਨਾਂ ਨੇ ਆਪਣੇ ਸੰਘਰਸ਼ ਦੇ ਵਿੱਚ ਲਏ ਸੀ। ਬਾਬਾ ਸਾਹਿਬ ਨੇ ਕਿਹਾ ਸੀ, ਇਹ ਮੇਰੇ ਕੌਮ ਦੇ ਲੋਕੋ, ਮੈਂ ਤੁਹਾਨੂੰ ਉਹ ਅਧਿਕਾਰ ਲੈ ਕੇ ਦਿੱਤਾ ਜਿਹਦੇ ਨਾਲ ਰਾਜੇ ਰਾਣੀਆਂ ਦੇ ਪੇਟੋਂ ਜੰਮਣੇ ਬੰਦ ਕਰਤੇ, ਹੁਣ ਤੁਸੀਂ ਰਾਜੇ ਆਪ ਪੈਦਾ ਕਰੋਗੇ। ਬੜੇ ਤਜਬ ਦੀ ਗੱਲ ਹੈ, 70 ਸਾਲ ਹੋ ਗਏ ਭਾਰਤ ਨੂੰ ਆਜ਼ਾਦ ਹੋਇਆ, ਅੱਜ ਤੱਕ ਅਸੀਂ ਆਪਣੇ ਰਾਜੇ ਨਹੀਂ ਪੈਦਾ ਕਰ ਸਕੇ। ਆਓ ਇਕੱਠੇ ਹੋ ਕੇ ਬਾਬਾ ਸਾਹਿਬ ਦਾ ਇਹ ਸੁਪਨਾ ਪੂਰਾ ਕਰੀਏ।
जो 2019 ਦੇ ਵਿੱਚ ਜਿਹੜੇ ਕਹਿੰਦੇ ਨੇ ਭਈ 21ਵੀਂ ਸਦੀ ਹਮਾਰੀ ਹੈ, ਆ ਬਹੁਜਨ ਕੀ ਤਿਆਰੀ ਹੈ, ਉਹ ਸੁਪਨਾ ਸਾਕਾਰ ਕਰੀਏ। ਬਾਬਾ ਸਾਹਿਬ ਦਾ ਇੰਨੀ ਗੱਲ ਕਹਿੰਦਾ ਹੋਇਆ ਮੈਂ ਸਾਰੇ ਸਾਡੇ ਸਾਥੀਆਂ ਤੋਂ ਰਜਾ ਦਿੰਦਾ। ਜੈ ਭੀਮ ਜੈ ਭਾਰਤ। ਬਾਬਾ ਸਾਹਿਬ ਤੇਰਾ ਮਿਸ਼ਨ ਅਧੂਰਾ, ਬਾਬਾ ਸਾਹਿਬ ਤੇਰਾ ਮਿਸ਼ਨ ਅਧੂਰਾ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਅਮਰ ਰਹੇ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਅਮਰ ਰਹੇ।